ਬੱਲੇ ਬੱਲੇ ਅਸੀਂ ਇੱਟਾਂ ਲੈ ਕੇ ਚੱਲੇ ਹਾਂ। ਬੜਾ ਵਧੀਆ ਲਿਖਿਆ ਆ, ਹਾਸਾ ਆ ਜਾਂਦਾ ਪੜ੍ਹ ਕੇ। 3333 ਉਹ ਹੁੰਦੇ ਨਹੀਂ ਸੀ ਆਪਣੇ ਮਾਰਕ, ਤੇਤੀਆਂ ਦਾ ਪਾਸ। ਗਰਮਾ ਗਰਮ ਪਰੌਂਠੇ, ਇਹ ਕਿੱਥੇ ਖਾਣ ਲੱਗੇ ਹਾਂ ਇਹ ਖਾਣ ਤੋਂ ਬਾਅਦ ਦੱਸਾਂਗੇ। ਇਹ ਕਿਤੇ ਬਾਹਰ ਹੀ ਆਏ ਅਸੀਂ, ਉਹ ਸਾਹਮਣੇ ਗੱਡੀ ਲਾਈ ਆ ਪਿਛਲੇ ਪਾਸੇ। ਪਹਿਲਾਂ ਦਹੀਂ ਨਾਲ ਪਰੌਂਠੇ ਛਕ ਲਈਏ, ਫਿਰ ਤੁਹਾਨੂੰ ਦੱਸਦੇ ਹਾਂ ਕਿੱਥੇ ਚੱਲੇ ਹਾਂ ਅਤੇ ਕਿੱਥੇ ਹਾਂ ਇਸ ਟਾਈਮ। ਆਹ ਆਪਣਾ ਖੜਾ ਜਹਾਜ਼, ਅਤੇ ਅਸੀਂ ਚੱਲੇ ਇੰਟਰਨੈਸ਼ਨਲ ਟ੍ਰਿਪ 'ਤੇ। ਲੈ ਬਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅਤੇ ਅਸੀਂ ਨਾ ਹਰਿਆਣੇ ਦੇ ਬਿਲਕੁਲ ਬਾਰਡਰ ਦੇ ਉੱਤੇ ਖੜ੍ਹੇ, ਹਰਿਆਣਾ ਅਤੇ ਪੰਜਾਬ ਦੇ ਬਾਰਡਰ ਦੇ ਉੱਤੇ। ਅਤੇ ਵੈਲਕਮ ਤੁਹਾਡਾ ਅੱਜ ਫਿਰ। ਅਸੀਂ ਦੋਵੇਂ ਜਾਣੇ ਨਾ ਇੰਡੀਆ ਦੇ ਟੂਰ 'ਤੇ ਚੱਲੇ ਹਾਂ, ਸਮਾਨ ਸਮੂਨ ਸਾਰਾ ਰੱਖਿਆ ਆ ਵਿੱਚ। ਅੱਜ ਸਾਡਾ ਪਹਿਲਾ ਦਿਨ ਆ ਟੂਰ ਦਾ, ਟੂਰ ਸਟਾਰਟ ਹੋ ਗਿਆ ਆਪਣਾ। ਸਵੇਰੇ ਅਸੀਂ ਥਾਰ ਥੂਰ ਸਾਰੀ ਸਾਫ਼ ਕਰਕੇ ਨਾ, ਮੈਂ ਉੱਥੇ ਲੱਗਾ ਸੀ ਵੀਡੀਓ ਬਣਾਉਣ, ਫਿਰ ਮੈਂ ਕਿਹਾ ਨਹੀਂ, ਜਿੱਥੇ ਬ੍ਰੇਕ ਮਾਰਾਂਗੇ ਸਵੇਰ ਨੂੰ ਉੱਥੇ ਸ਼ੁਰੂ ਕਰਾਂਗੇ ਵੀਡੀਓ। ਆਪਣਾ ਸਮਾਨ ਯਾਰ ਸਾਰਾ ਅੱਗੇ ਪਿੱਛੇ ਹੋ ਗਿਆ ਹੈ ਨਾ, ਹੈ ਸੈੱਟ ਕਰ ਲਓ, ਸੈੱਟ ਕਰ ਲਈਏ ਹੈ ਨਾ। ਚੱਲ ਬੜ ਫਿਰ ਇੱਧਰ ਦੀ। ਸਵੇਰੇ ਉਦੋਂ ਥੋੜ੍ਹਾ ਜਿਹਾ ਹਨੇਰਾ ਹਨੇਰਾ ਜਿਹਾ ਸੀ ਜਦੋਂ ਅਸੀਂ ਤੁਰ ਪਏ ਸੀਗੇ, ਖਿੱਚੀ ਲਿਆਏ ਮੈਂ ਗੱਡੀ। ਪਾਣੀ ਦੀਆਂ ਬੋਤਲਾਂ ਲੈ ਲਈਏ ਹੁਣ ਹੈ ਨਾ। ਇੱਥੋਂ ਪਰੌਂਠੇ ਖਾ ਕੇ ਹਟੇ ਹਾਂ, ਨਜ਼ਾਰਾ ਆ ਗਿਆ ਬਈ, ਸਵੇਰ ਦਾ ਕੋਈ ਖਾਧਾ ਨਹੀਂ ਸੀਗਾ। ਠੀਕ ਆ, ਸਟਾਰਟ ਕਰ ਦਵਾਂ, ਸਟਾਰਟ ਕਰ ਦਿੰਦਾ। ਅਸੀਂ ਦੋਵੇਂ ਜਣੇ ਨਿਕਲੇ ਹਾਂ ਟੂਰ 'ਤੇ, ਸਾਰੇ ਜਣੇ ਤਾਂ ਇਹ ਸੋਚਣ ਲੱਗ ਪਏ ਹੋਣੇ ਅਸੀਂ ਮਜ਼ਾਕ ਕਰਨ ਦੇ ਯਾਰ, ਟੂਰ 'ਤੇ ਨਹੀਂ ਕਿਤੇ ਵੀ ਚੱਲੇ, ਅਸੀਂ ਚੱਲੇ ਹਾਂ ਦਿੱਲੀ। ਦੋ ਕੰਮ, ਸਪੈਸ਼ਲ ਕੰਮ। ਪਹਿਲਾ ਕੰਮ ਪਿੱਛੇ ਰੱਖਿਆ ਆ ਅਸੀਂ ਪੀ ਸੀ, ਜਿਹੜਾ ਆਪਾਂ ਪੀ ਸੀ ਨਹੀਂ ਸੀ ਬਣਵਾਇਆ, ਬੜਾ ਵੱਡਾ, ਵੱਡੇ ਵੱਡੇ ਗ੍ਰਾਫਿਕ ਕਾਰਡ ਲਾ ਕੇ ਉਹਦੇ ਉੱਪਰ, ਉਹ ਵੀ ਲਾਇਆ ਸੀਗਾ ਜਿਹੜੀਆਂ ਲਾਈਟਾਂ ਜਿਹੀਆਂ ਵਾਲਾ ਆ ਹੈ ਨਾ, ਵਾਹਵਾ ਮਹਿੰਗਾ ਬਣਵਾਇਆ ਸੀਗਾ। ਅਤੇ ਉਹ ਆਪਣੇ ਜਲੰਧਰ 'ਚ ਵਿਕਣਾ ਨਹੀਂ ਸੀਗਾ, ਇਸ ਕਰਕੇ ਉੱਥੇ ਆਪਾਂ ਵੇਚ ਕੇ ਆਉਣ ਲੱਗੇ ਹਾਂ, ਨਾਲੇ ਥੋੜ੍ਹੇ ਜਿਹੇ ਪੈਸਿਆਂ ਦੀ ਲੋੜ ਸੀ, ਨਾਲੇ ਪੈਸੇ ਇਕੱਠੇ ਹੋ ਜੂਗੇ। ਦੂਜੀ ਗੱਲ, ਇੱਥੋਂ ਹੌਲੀ ਚੱਲੀਏ ਹੈ ਨਾ, ਹਰਿਆਣੇ 'ਚ ਐਂਟਰ ਹੋ ਗਏ ਸੀ, ਇੱਥੇ ਉਹ ਸਪੀਡ ਵਾਲੇ ਵੀ ਹੁੰਦੇ ਆ। ਅਤੇ ਦੂਜੀ ਗੱਲ ਗੱਡੀ, ਦੁਬਈ ਜਾਣ ਤੋਂ ਪਹਿਲੇ ਤੁਹਾਨੂੰ ਪਤਾ ਆਪਾਂ ਗੱਡੀਆਂ ਵੇਖਣ ਦੇ ਸੀ, ਆਪਾਂ ਗੱਡੀ ਲੈਣੀ ਆ। ਅਤੇ ਕਿੰਨੇ ਦਿਨ ਨਾ ਦੁਬਈ ਤੋਂ ਆ ਕੇ ਮੈਂ 3-4 ਦਿਨ ਇਹ ਸਲਾਹ ਕਰਦਾ ਰਿਹਾ, ਕਹਿੰਦਾ ਕੀ ਕਰੀਏ, ਕਿਹੜੀ ਗੱਡੀ ਲਈਏ, ਫਸੇ ਹੋਏ ਹਾਂ। 2-3 ਗੱਡੀਆਂ ਪਸੰਦ ਆ, ਉਹਨਾਂ ਦੇ ਵਿੱਚ ਹੀ ਫਸੇ ਹੋਏ ਹਾਂ। ਅਤੇ ਘਰਦਿਆਂ ਨੂੰ ਪਸੰਦ ਆ ਨਵੀਆਂ ਨਵੀਂ ਗੱਡੀ ਕਹਿ ਲਓ, ਜਿੱਦਾਂ ਬ੍ਰੈਂਡ ਨਿਊ ਕਾਰ, ਅਤੇ ਮੇਰੀ ਕੁੰਡੀ ਅੜੀ ਆ ਸੈਕਿੰਡ ਹੈਂਡ ਕਾਰ 'ਤੇ, ਉਹ ਥੋੜ੍ਹੀ ਜਿਹੀ ਲਗਜ਼ਰੀ ਕਾਰਾਂ 'ਚ ਆ ਜਾਂਦੀ ਆ, ਮੇਰੀ ਕੁੰਡੀ ਉੱਥੇ ਅੜੀ ਆ। ਹੁਣ ਇਹ ਮੈਂ ਕਲੀਅਰ ਕਰਨ ਚੱਲਾਂ ਹਾਂ, ਦੂਜੀ ਉਹ ਗੱਡੀ ਆਪਾਂ ਉੱਥੇ ਵੇਖਣੀ ਆ ਅੱਜ। ਉਹ ਵੀ ਦੋ ਗੱਡੀਆਂ ਆ, ਦੋਵਾਂ ਗੱਡੀਆਂ 'ਚੋਂ ਜੇ ਮੈਨੂੰ ਸੈਕਿੰਡ ਹੈਂਡ 'ਚੋਂ ਕੋਈ ਪਸੰਦ ਆ ਗਈ ਫਿਰ ਲੈ ਲੈਣੀ, ਨਹੀਂ ਤਾਂ ਜਿੱਦਾਂ ਘਰ ਦੇ ਕਹਿੰਦੇ ਆ ਵੀ ਨਵੀਂ ਆ ਗੱਡੀ ਲੈਣੀ ਆ, ਤਾਂ ਫਿਰ ਨਵੀਂ ਗੱਡੀ ਲਵਾਂਗੇ। ਫਿਰ ਪਹਿਲਾਂ ਪੀ ਸੀ ਦੇ ਦੇਣਾ, ਉੱਥੇ ਵੇਚ ਦੇਣਾ ਆ, ਇਹ ਆਪਾਂ ਇੱਧਰੋਂ ਵਿਹਲੇ ਹੋ ਗਏ, ਫਿਰ ਜਾਵਾਂਗੇ ਗੱਡੀਆਂ ਵੱਲ ਨੂੰ। 2 ਦਿਨਾਂ ਦਾ ਸਾਡਾ ਟੂਰ ਆ ਇਹ, 2 ਦਿਨਾਂ ਦਾ ਅਸੀਂ ਕਿੰਨਾ ਕੁਛ ਉੱਥੇ ਕਵਰ ਕਰਨਾ ਆ, 1-2 ਚੀਜ਼ਾਂ ਹੋਰ ਉਹ ਵੀ ਵੇਖਣੀਆਂ, ਨਾਲ ਤੁਹਾਨੂੰ ਵੀ ਵਿਖਾਵਾਂਗੇ। ਅਤੇ ਗੱਡੀਆਂ ਘੈਂਟ, ਸਾਰੇ ਜਣੇ ਕਮੈਂਟ ਕਰਕੇ ਦੱਸਿਓ ਉਹਨਾਂ ਦੋਵਾਂ ਗੱਡੀਆਂ 'ਚੋਂ ਕਿਹੜੀ ਗੱਡੀ ਬਾਏ ਕਰੀਏ। ਟਾਈਮ ਹੋ ਗਿਆ ਆ 1:10, 60-70 ਦੀ ਸਪੀਡ 'ਤੇ ਜਾਣ ਦੇ ਹਾਂ। ਆਹ ਹਰਿਆਣਾ ਪਾਰ ਕਰਨਾ ਨਾ ਬਾਹਲਾ ਹੀ ਔਖਾ ਯਾਰ, ਪਤਾ ਨਹੀਂ ਨਾਕਾ ਕਿੱਥੇ ਇਹਨਾਂ ਨੇ ਲਾ ਦੇਣਾ, ਕੀ ਕਰ ਦੇਣਾ ਆ, ਇਸ ਲਈ ਹੌਲੀ ਹੌਲੀ ਜਾਣਦੇ ਹਾਂ। ਆਹ ਮੇਰੀ ਬਾਂਹ ਨੂੰ ਪਤਾ ਨਹੀਂ ਕੀ ਹੋ ਗਿਆ ਯਾਰ, ਬਾਂਹ ਦੁਖੀ ਜਾਂਦੀ ਯਾਰ। ਓਏ ਹੋਏ ਹੋਏ ਹੋਏ, ਇੱਧਰ ਗੱਡੀ ਸਾਈਡ 'ਤੇ ਰੋਕਦਾ ਯਾਰ, ਪਤਾ ਨਹੀਂ ਕੀ ਹੋ ਗਿਆ। ਹਾਂ ਇੱਧਰ ਸਾਈਡ 'ਚ ਇੱਦਾਂ ਕਰ, ਮੈਂ ਸਪਰੇਅ ਲਿਆ, ਉਹ ਦੁਖਦੀ ਪਤਾ ਕੀ ਆ ਯਾਰ, ਇੱਥੋਂ ਨਾ ਬਾਂਹ ਦਾ ਨਾ ਮੇਰਾ ਇੱਥੋਂ ਮਾਸ ਪੱਟ ਆਇਆ। ਉਹ ਦਾਦੀ ਨੂੰ ਮੈਂ ਜਦੋਂ ਚੱਕ ਕੇ ਬਿਠਾਉਂਦਾ ਸੀ ਨਾ ਗੱਡੀ 'ਚ, ਉਹ ਦੁਬਈ ਜਾਣ ਤੋਂ ਪਹਿਲਾਂ, ਉਦੋਂ ਦਾ ਹੋਇਆ ਆ। ਇੱਦਾਂ ਕਰ, ਇੱਥੇ ਇਹਨੂੰ ਚੱਕ ਕੇ ਨਾ ਇੱਥੇ ਇੱਕ ਮਾਰੀ ਇਹਦੇ ਉੱਪਰ ਮਾਰਦੇ, ਮਾਰ ਦੂਰ ਕਰਕੇ ਮਾਰ ਮਾੜੀ ਜੀ, ਇੱਕਦਮ ਚੜ੍ਹਨੀ ਆ ਆਪਾਂ ਨੂੰ ਇਹ। ਓਹੋ ਇੱਧਰ ਵੀ ਸਿੱਧੇ ਵੀ ਮਾਰੀ ਆਏ ਹੋਏ, ਆਹ ਗਰਮ ਪੱਟੀ ਬੰਨੋ ਬੇ, ਇੱਦਾਂ ਤਾਂ ਕੋਈ ਫਾਇਦਾ ਹੀ ਨਹੀਂ। ਗੱਡੀ ਦਾ ਸਟੇਅਰਿੰਗ ਵੀ ਮੋੜਦਾ ਨਾ, ਨਾਲ ਹੀ ਇੱਥੇ
ਚੀਕਾਂ ਸ਼ੀਸ਼ੇ ਖੋਲੀ ਇੱਧਰ ਲਾ ਵੀ ਯਾਰ ਜਦੋਂ ਸ਼ੀਸ਼ੇ ਦੂਜਾ ਸਟੇਅਰਿੰਗ ਵੀ ਨਹੀਂ ਮੇਰੇ ਕੋਲ ਕੱਟ ਹੁੰਦਾ ਇੱਕ ਹੱਥ ਨਾਲ ਮਾੜਾ ਹੀ ਮੰਦਾ ਹਾਲਾ ਯਾਰ ਮੈਡੀਕਲ ਸਟੋਰ ਤੋਂ ਨਾ ਗਰਮ ਪੱਟੀ ਅਸੀਂ ਨਾ ਰਾਹ ਲੱਤਾਂ ਲੁੱਤਾਂ ਸਿੱਧੀਆਂ ਕਰਨ ਨੂੰ ਰੁਕੇ ਸੀਗੇ ਰੋਡ 'ਤੇ ਗੱਡੀ ਸਾਈਡ 'ਤੇ ਲਾ ਕੇ ਸਪੀਡ ਦਾ ਬੜਾ ਚੱਕਰ ਆ ਯਾਰ 85 ਕਿਤੇ ਚਲਾਉਣੀ ਪੈਂਦੀ ਆ ਇੱਦਾਂ ਲੱਗਦਾ ਪਤਾ ਨਹੀਂ ਕਿਹੜੇ ਜ਼ਮਾਨੇ 'ਤੇ ਅਸੀਂ ਤੁਰੇ ਹਾਂ ਹਜੇ ਤੱਕ ਉੱਥੇ ਕੀ ਹਾਂ ਬੰਦਾ ਥੱਕ ਜਾਂਦਾ ਯਾਰ ਇੱਦਾਂ ਗੱਡੀ ਚਲਾਉਂਦਾ ਚਲਾਉਂਦਾ ਹੈ ਨਾ ਬਹੁਤ ਮੰਦਾ ਹਾਲ ਹੁੰਦਾ ਅਤੇ ਬਾਕੀ ਮੈਂ ਤੁਹਾਨੂੰ ਇੱਕ ਚੀਜ਼ ਵਿਖਾਉਣਾ ਆ ਪੁਰਾਣੇ ਟਾਈਮ ਦੀ ਕਈ ਵਾਰੀ ਲੰਘੀ ਦਾ ਸੀਗਾ ਅਤੇ ਰੁਕੀਦਾ ਨਹੀਂ ਸੀਗਾ ਯਾਰ ਕਿ ਮੈਂ ਬ੍ਰੇਕ ਮਾਰ ਲਈ ਆਹਾ ਇਹ ਦੱਸਿਓ ਕਿਹਨੂੰ ਕਿਹਨੂੰ ਪਤਾ ਆ ਇਹ ਕੀ ਆ ਜਿਹੜੇ ਜਿਹੜੇ ਵੀਡੀਓ ਵੇਖਣ ਦੇ ਆ ਸਾਰੇ ਜਣੇ ਦੱਸਿਓ ਕਮੈਂਟ ਕਰਕੇ ਇੱਕ ਪੋਲ ਜਿਹਾ ਕਾਹਦੇ ਲਈ ਆ ਇਹ ਆਹਾ ਬੜੇ ਪੁਰਾਣੇ ਟਾਈਮ ਦਾ ਬਣਿਆ ਆ ਇਹ ਮੈਂ ਤੁਹਾਨੂੰ ਬਾਕੀ ਦੱਸ ਹੀ ਦਿੰਦਾ ਹਾਂ ਇਹ ਰਾਜਿਆਂ ਦੇ ਟਾਈਮ ਦਾ ਬਣਿਆ ਆ ਇਹ ਜਦੋਂ ਰਾਜੇ ਪੁਰਾਣਿਆਂ ਟਾਈਮਾਂ 'ਚ ਆਪਣੇ ਘੋੜਿਆਂ 'ਤੇ ਜਾਂਦੇ ਹੁੰਦੇ ਸੀ ਨਾ ਇਹ ਨਿਸ਼ਾਨੀ ਹੁੰਦੀ ਸੀਗੀ ਇੱਥੋਂ ਦੀ ਲੰਘਦੇ ਹੁੰਦੇ ਸੀਗੇ ਜਿੱਦਾਂ ਮੰਨ ਲਓ ਇੱਕ ਇਹ ਇੱਥੇ ਆ ਦੂਜਾ ਜਿੰਨੀ ਦੂਰ ਤਾਂ ਹੀ ਨਿਗਾਹ ਜਾਂਦੀ ਹੈ ਨਾ ਆਪਣੀ ਦੂਜਾ ਉੱਥੋਂ ਤੱਕ ਹੋਊਗਾ ਦੂਰਬੀਨ ਨਾਲ ਦੇਖ ਲੈਂਦੇ ਹੁੰਦੇ ਸੀਗੇ ਫਿਰ ਰਾਹ ਨਹੀਂ ਸੀ ਭਟਕਦੇ ਹੁੰਦੇ ਉਹਦੇ ਲਈ ਹੁੰਦਾ ਸੀਗਾ ਇਹ ਜਿੱਥੋਂ ਤੱਕ ਮੈਨੂੰ ਪਤਾ ਆ ਬਾਕੀ ਜਿਹੜੇ ਇਤਿਹਾਸਕਾਰ ਆ ਉਹਨਾਂ ਨੂੰ ਮੇਰੇ ਤੋਂ ਜ਼ਿਆਦਾ ਪਤਾ ਹੋਊਗਾ ਜਿੱਥੋਂ ਤੱਕ ਮੈਨੂੰ ਪਤਾ ਆ ਇਹ ਉਹਦੇ ਲਈ ਹੁੰਦਾ ਸੀਗਾ ਇਹ ਰੋਡ 'ਤੇ ਦੋ ਤਿੰਨ ਅਸੀਂ ਦੇਖੇ ਆਹ ਸਹੀ ਹਾਲਤ ਦੇ ਵਿੱਚ ਆ ਇਸ ਟਾਈਮ ਇਹਦੀ ਹੁਣ ਆਹ ਸਫਾਈ ਸਫੂਈ ਕੀਤੀ ਹੈ ਇਹਨਾਂ ਨੇ ਰਿਪੇਅਰ ਰਪੂਰ ਮੁੱਲ ਦਾ ਕਰੂਗੇ ਸ਼ਾਇਦ ਇਹਦੀ ਵਧੀਆ ਗੱਲ ਆ ਸਰਕਾਰ ਨੂੰ ਇੱਦਾਂ ਦੀਆਂ ਚੀਜ਼ਾਂ ਸਾਂਭ ਕੇ ਰੱਖਣੀਆਂ ਚਾਹੀਦੀਆਂ ਆ ਕਿੰਨਾ ਵਧੀਆ ਲੱਗਦਾ ਹੈ ਨਾ ਇਤਿਹਾਸ ਸਾਂਭਣਾ ਬਹੁਤ ਵਧੀਆ ਗੱਲ ਆ ਪਤਾ ਲੱਗਦਾ ਰਹੂਗਾ ਗਾਂ ਵਾਲਿਆਂ ਨੂੰ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹਨਾਂ ਨੂੰ ਪਤਾ ਲੱਗਦਾ ਰਹੂਗਾ ਵੀ ਪੁਰਾਣਿਆਂ ਟਾਈਮਾਂ 'ਚ ਕਿੱਦਾਂ ਘੋੜਿਆਂ 'ਤੇ ਜਾਂਦੇ ਹੁੰਦੇ ਸੀਗੇ ਬਾਕੀ ਯਾਰ ਜੇ ਦਿੱਲੀ ਜਾਣਾ ਨਾ ਸਵੇਰੇ ਸਵੇਰੇ ਤੁਰੇ ਬੰਦਾ 4:30-5 ਵਜੇ ਪੰਜਾਬ ਵਾਲੇ ਨਾ ਕੋਈ ਰਾਹ 'ਚ ਸਪੀਡ ਵਾਲਾ ਟੱਕਰਨਾ ਨਾ ਟ੍ਰੈਫਿਕ 8-9 ਵਜੇ ਬੰਦਾ ਦਿੱਲੀ ਪਹੁੰਚ ਜਾਂਦਾ ਹੁਣ ਅਸੀਂ ਆ ਅਸੀਂ ਖੱਜਲ ਖਰਾਬ ਹੋਣ ਦੇ ਹਾਂ ਹੁਣ ਹੌਲੀ 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 ਟ੍ਰੈਫਿਕ ਇੰਨੀ ਆ ਹੁਣ ਤੁਰੇ ਜਾਂਦੇ ਉਹ ਮੱਖੀਆਂ ਕਿੰਨੀਆਂ ਵੜ ਗਈਆਂ ਅੰਦਰ ਯਾਰ ਦਿੱਲੀ ਜਾਂਦੇ ਹੋਏ ਟੋਲ ਟੈਕਸ ਦੇ ਕੇ ਨਾ ਬੰਦੇ ਦੀ ਜੇਬ ਖਾਲੀ ਹੋ ਜਾਂਦੀ ਆ ਹੁਣ ਅਸੀਂ ਤਾਂ ਚਲੋ ਲਵਾਇਆ ਹੋਇਆ ਆ ਉਹਦੇ ਵਿੱਚ ਪੈ ਪੂ ਜਾਂਦੇ ਪੈਸੇ ਨਹੀਂ ਤਾਂ ਡਬਲ ਰੇਟ ਉਹ ਬਸ ਜਨਾਬ ਜੀ ਓਹੋ ਇੱਦਾਂ ਨਹੀਂ ਕਰਨੀ ਚਾਹੀਦੀ ਯਾਰ ਜੇ ਪੈਸੇ ਹੁਣ ਉਹਨੇ ਪੈਸੇ ਨਹੀਂ ਦਿੱਤੇ ਤਾਂ ਉਹਨੂੰ ਬਦਫੀਸ ਦੇ ਦਿੱਤੀ ਯਾਰ ਗਲਤ ਗੱਲ ਆ ਨਾ ਗਲਤ ਗੱਲ ਆ ਬਹੁਤ ਜ਼ਿਆਦਾ ਸਰਕਾਰ ਨੂੰ ਕਰਨਾ ਚਾਹੀਦਾ ਹੁਣ ਉਹਦੇ ਪਿੱਛੇ ਦੇਣ ਦੇ ਪੈਸੇ ਉਹ ਜਿਹਨੇ ਜਿਹੜਾ ਪੈਸੇ ਦੇ ਦਿੰਦਾ ਠੀਕ ਆ ਜਿਹੜਾ ਨਹੀਂ ਦਿੰਦਾ ਇਹਦੇ ਵਿੱਚ ਕੋਈ ਬੈਠਾ ਹੀ ਨਹੀਂ ਆਟੋਮੈਟਿਕ ਆ ਇਹ ਆਟੋਮੈਟਿਕ ਚੱਕਦੇ ਵੈਲਕਮ ਤਾਂ ਹੋ ਗਿਆ ਆ ਸਾਡੀ ਗੱਡੀ ਨੂੰ ਟ੍ਰੇਸ ਕੀਤੀ ਉਹ ਬੰਦਾ ਬਿਠਾਓ ਇੱਥੇ ਤੁਹਾਡੇ ਚੱਲਦੇ ਨਹੀਂ ਆਹ ਬੰਦੂਕ ਲੈ ਕੇ ਤੁਰਿਆ ਫਿਰਦਾ ਇਹ ਹਾਂ ਓਕੇ ਓਕੇ ਲੈ ਬਈ ਬਸ ਰਹਿ ਗਈ ਦਿੱਲੀ ਦੂਰ ਕੋਈ ਬਾਤ ਨਹੀਂ ਸ਼ਾਮ ਕੀ ਰੋਟੀ ਔਰ ਚਾਏ ਦਿੱਲੀ ਮੇਂ ਪੀਏਂਗੇ ਜਿੱਦਾਂ ਬਾਰਡਰ ਫਿਲਮ 'ਚ ਨਹੀਂ ਕਹਿੰਦਾ ਉਹ ਇੱਥੋਂ ਭਰਾਵਾ ਪੰਗਾ ਬੜਾ ਪੈਂਦਾ ਹੁੰਦਾ ਜਦੋਂ ਪਰਲੇ ਬੰਦੇ ਟੋਲ ਲੰਘੀ ਹੈ ਨਾ ਬੰਦਾ ਸਿੱਧਾ ਲੰਘ ਜਾਂਦਾ ਨਾ ਬਸ ਸਿੱਧਾ ਲੰਘ ਗਿਆ ਤਾਂ ਗਿਆ ਤੂੰ ਜਾਮ 'ਚ ਫਸ ਗਿਆ ਦੋ ਵਾਰੀ ਸਾਡੇ ਨਾਲ ਇੱਦਾਂ ਹੋਈ ਇਹ ਥੱਲੇ ਜਾਮ ਸ਼ਹਿਰ ਦੇ ਵਿੱਚ ਵੜ ਜਾਂਦਾ ਹਾਂ ਸਾਰਾ ਪਾਣੀ ਪੱਤ ਲੰਘਾਇਆ ਉਹਨਾਂ ਨੇ ਉੱਪਰ ਉੱਪਰੋਂ ਹੀ ਆਹ ਵਾਹ ਇਹ ਕਿੰਨਾ ਵਧੀਆ ਯਾਰ ਪੰਜਾਬ 'ਚ ਤਾਂ ਕਹਿੰਦੇ ਆ ਵੀ ਬਸ ਸਾਰਾ ਕੁਛ ਕੁਦਰਤੀ ਹੋ ਜਾਵੇ ਆਹ ਵੀ ਕੁਦਰਤੀ ਹੋ ਜਾਣਾ ਆਪੇ ਕਟੀਆਂ ਵੀ ਕੁਦਰਤੀ ਹੋ ਜਾਣ ਸਾਰਾ ਕੁਛ ਆਪਣੇ ਆਪ ਹੀ ਹੋਈ ਜਾਵੇ ਕੁਛ ਕਰਨਾ ਨਾ ਪੈ ਜਾਵੇ ਬਾਕੀ ਯਾਰ ਇੱਕ ਵਾਰੀ ਜਿਹੜਾ ਬੰਦਾ ਬਾਹਰਲੇ ਦੇਸ਼ ਕਿਸੇ ਵੀ ਘੁੰਮ ਆਉਂਦਾ ਨਾ ਜਦੋਂ ਉੱਥੋਂ ਦਾ ਹਿਸਾਬ ਕਿਤਾਬ ਦੇਖਦਾ ਆ ਉਹਨੂੰ ਇੰਡੀਆ ਨਾਲ ਆਪਾਂ ਕੰਪੇਅਰ ਕਰੀਦਾ ਆ ਤਾਂ ਜ਼ਮੀਨ ਅਸਮਾਨ ਦਾ ਫਰਕ ਲੱਗਦਾ ਹੁਣ ਮੈਂ ਇੱਕ ਵਾਰੀ ਹੋਇਆ ਨਾ ਹੁਣ ਮੈਨੂੰ ਪਤਾ ਉਹ ਉੱਥੇ ਕੀ ਅਤੇ ਇੱਥੇ ਕੀ ਆ ਅਤੇ ਕੀ ਇਹਨਾਂ ਨੂੰ ਕਰਨਾ ਚਾਹੀਦਾ ਆ ਪਰ ਵੇਖ ਲਓ ਕੁਛ ਕਰਦੇ ਨਹੀਂ ਆ ਬਸ ਨਿਯਮ ਲਾਗੂ ਕਰਦੇ ਆ ਲੁੱਟ ਖੋਹ ਕਰਦੇ ਆ ਇੱਕ ਤਰ੍ਹਾਂ ਦੀ ਲੁੱਟ ਖੋਹੀ ਆ ਕਿੰਨਾ ਕੁਛ ਹੁੰਦੇ ਹੋਏ ਵੀ ਕੁਛ ਨਹੀਂ ਕਰਦੇ 3:00 ਪੂਰੇ ਅਤੇ ਅਜੇ ਅਸੀਂ ਹੈਗੇ ਹਾਂ ਸੋਨੀਪਤ 'ਚ ਸੋਨੀਪਤ ਦੇ ਲਾਗੇ ਛਾਗੇ ਤੁਰੇ ਫਿਰਦੇ ਹਾਂ ਅਤੇ ਇੱਕ ਹੋਰ ਟੋਲ ਆ ਗਿਆ 4:00 ਵਾਲੀ ਆ ਬਸ ਅਤੇ ਦਿੱਲੀ ਵੀ ਅਸੀਂ ਐਂਟਰ ਦਿੱਲੀ ਵੀ ਐਂਟਰ ਕਰਨ ਵਾਲੇ ਹੀ ਹਾਂ ਬਸ ਆਈ ਹੋਈ ਲੋਕੇਸ਼ਨ 1 ਘੰਟਾ ਰਹਿ ਗਿਆ ਬਸ ਬਿਲਕੁਲ ਲੱਗ ਗਈ ਆਉਣ ਦਿੱਲੀ ਦੇ ਇੱਥੋਂ ਨਾ ਛੱਲੀ ਖਾਣ ਲੱਗੇ ਸੀ ਜਦੋਂ ਅਸੀਂ ਐਗਜ਼ਿਟ ਕਰੀਦਾ ਨਾ ਉਦੋਂ ਵੀ ਇੱਥੋਂ ਛੱਲੀ ਖਾ ਕੇ ਜਾਈਦਾ ਇਹ ਛੱਲੀਆਂ ਕੋਈ ਨਹੀਂ
ਛਲੀਆਂ ਬਹੁਤ ਮਿੱਠੀਆਂ ਹੁੰਦੀਆਂ ਇਹ ਯੇ ਕਹਾਂ ਕੀ ਹੈ ਛਲੀ ਸਾਦਾ ਹੈ ਕਹਾਂ ਕੀ ਛਲੀ ਹੈ ਯੇ ਪੰਜਾਬ ਕੀ ਹੈ ਪੰਜਾਬ ਕੀ ਹੈ ਅੱਛਾ ਪੰਜਾਬ ਦੀ ਛਲੀ ਮੈਨੂੰ ਕਹਿੰਦੇ ਹੁੰਦੇ ਆ ਅਮਰੀਕਾ ਦੀ ਕਮਾਲ ਵਾਲਾ ਹੀ ਆ ਲੈ ਵੀ ਸਭ ਤੋਂ ਪਹਿਲਾਂ ਆਪਾਂ ਨਾ ਨਹਿਰੂ ਪਲੇਸ ਜਿਹੜੇ ਕੰਮ ਸੀਗਾ ਨਾ ਆਪਣਾ ਪੀ ਸੀ ਦਾ ਪਹਿਲਾਂ ਉਹ ਨਿਬੇੜ ਗਏ ਹੁਣ ਪਹੁੰਚ ਗਏ ਹਾਂ ਅਸੀਂ ਦਿੱਲੀ ਸ਼ਾਮ ਦੇ ਵੱਜ ਗਏ ਆ 5 ਵੱਜਣ ਵਾਲੇ ਆ ਅਤੇ ਗੱਡੀ ਪਾਰਕਿੰਗ ਇੱਥੇ ਤੁਹਾਨੂੰ ਪਤਾ ਹੀ ਆ ਪਾਰਕਿੰਗ ਦਾ ਕਿੰਨਾ ਔਖਾ ਹੈ ਮਸਾਂ ਹੀ ਲੱਭ ਕੇ ਪਾਰਕਿੰਗ ਲਾਈ ਆ ਹੁਣ ਪਹਿਲਾਂ ਨਾ ਉਹਨਾਂ ਨਾਲ ਗੱਲਬਾਤ ਬਾਤਚੀਤ ਕਰਨ ਚੱਲੇ ਹਾਂ ਬਾਤਚੀਤ ਕਰਕੇ ਆ ਕੇ ਅਤੇ ਪੀ ਸੀ ਵਗੈਰਾ ਸਾਰਾ ਕੁਝ ਕੱਢ ਕੇ ਲੈ ਜਾਵਾਂਗੇ ਐਂ ਦੀ ਘੁੰਮ ਜਾਂਦੇ ਆਪਾਂ ਹੈ ਨਾ ਇਹ ਪਚਕਾਰੀ ਵਾਲੀ ਦਿੱਲੀ ਹੈ ਇੱਥੇ ਆਉਂਦੇ ਪਚਕਾਰੀਆਂ ਦਾ ਸਵਾਗਤ ਹੁੰਦਾ ਜਿੱਦਾਂ ਪਚਕਾਰੀ ਦਾ ਮਤਲਬ ਤੁਹਾਨੂੰ ਪਤਾ ਹੀ ਆ ਉਹ ਜਿਹੜੀ ਹੋਲੀ 'ਤੇ ਪਚਕਾਰੀ ਇੱਥੇ ਮੂੰਹ ਥਾਣੀ ਪਚਕਾਰੀਆਂ ਮਾਰਦੇ ਬਸ ਸਾਡਾ ਇਹ ਕੰਮ ਨਿਬੜ ਗਿਆ ਫਿਰ ਅਸੀਂ ਵਿਹਲੇ ਹੀ ਹਾਂ ਫਿਰ ਓਕੇ ਰਿਪੋਰਟ ਆ ਸਾਡੀ ਫਿਰ ਪੈਸੇ ਵੀ ਆ ਜਾਓ ਹੱਥ 'ਚ ਮਾੜੇ ਜੇ ਇੱਥੋਂ ਕਰਵਾਇਆ ਸੀਗਾ ਅਸੀਂ ਪੀ ਸੀ ਬਿਲਡ ਇਹਨਾਂ ਨੂੰ ਪੁੱਛਦੇ ਹਾਂ ਹੁਣ ਕੀ ਹਿਸਾਬ ਕਿਤਾਬ ਲੈ ਵੀ ਮਾਹੌਲ ਚਾਲ ਵੇਖੋ ਇੱਥੇ ਸਾਰੀਆਂ ਨਾ ਅਸੈਸਰੀਆਂ ਹੀ ਮਿਲਦੀਆਂ ਜਿੰਨੀਆਂ ਵੀ ਕੰਪਿਊਟਰ ਦੀ ਹੋ ਗਈ ਲੈਪਟੋਪ ਦੀ ਹੋ ਗਈ ਫੋਨ ਹੋ ਗਿਆ ਸਾਰਾ ਕੁਛ ਹੀ ਹੁਣ ਅਸੀਂ ਨਾ ਸ਼ੋਪ ਉਹ ਲੱਭਣ ਦੇ ਹਾਂ ਲਿਫਟਾਂ ਦਾ ਬੰਦਾ ਹਾਲੀ ਆ ਲੱਗਦਾ ਵੀ ਬੂਹਾ ਵੀ ਕਿਸ਼ਤਾਂ 'ਚ ਖੋਲਦਾ ਬੰਦ ਹੁੰਦਾ ਮੈਂ ਦੇਖਾਉਂਦਾ ਤੁਹਾਨੂੰ ਪਰ ਘੁੰਮਣ ਦੇ ਸਾਨੂੰ ਸ਼ੋਪ ਹੀ ਨਹੀਂ ਲੱਭਣ ਦੀ ਆਹ ਦੇਖਿਓ ਹੁਣ ਬੂਹਾ ਫੈਲੂਗਾ ਨਾ ਜਿੱਦਾਂ ਭੂਤਾਂ ਵਾਲਾ ਬੂਹਾ ਹੁੰਦਾ ਉੱਦਾਂ ਫੈਲੂ ਹੌਲੀ ਹੌਲੀ ਸਾਰਾ ਕੁਛ ਉੱਥੇ ਹੀ ਦੱਸਿਆ ਹੁੰਦਾ ਵਿੱਚ ਉਹਦੀ ਜੰਗਲ ਹੀ ਪਈ ਹੈ ਥੱਲੇ ਆ ਗਏ ਨਾ ਆਪਾਂ ਚੱਲ ਯਾਰ ਬਿਲਡਿੰਗ ਦੀ ਜੋ ਬਾਹਰ ਚਲੀਏ ਪਤਾ ਨਹੀਂ ਲੱਗਦਾ ਇੱਕ ਤਾਂ ਮੈਨੂੰ ਜਦੋਂ ਇਹ ਥੁੱਕਦੇ ਆ ਇੱਕ ਬੜੀ ਖਿੱਚ ਚੜ੍ਹਦੀ ਆ ਜਿੱਦਾਂ ਨੂੰ ਮਰਜ਼ੀ ਚੱਲ ਜਾਓ ਹੋਰ ਤਰ੍ਹਾਂ ਹੋ ਜਾਂਦਾ ਬੰਦਾ ਇੱਥੇ ਆ ਕੇ ਇੱਥੇ ਤਾਂ ਬੰਦਾ ਮਜ਼ਬੂਰੀ ਨੂੰ ਆਉਂਦਾ ਕੰਮ ਕਾਰ ਹੋਵੇ ਫਿਰ ਉੱਦਾਂ ਬੰਦਾ ਕਦੀ ਨਾ ਆਵੇ ਦਿੱਲੀ ਪਤਾ ਨਹੀਂ ਲੋਕ ਕਿੱਦਾਂ ਰਹਿੰਦੇ ਇੱਥੇ ਹੁਣ ਭਟਕੀ ਜਾਂਦੇ ਟਾਈਮ ਭੱਜਾ ਜਾਣ ਦਿਆ ਆ ਸ਼ੋਪਿੰਗ ਕਿੱਦਾਂ ਵਧੀਆ ਲੈ ਵੀ ਮਿੱਤਰੋ ਟਾਈਮ ਹੋ ਗਿਆ ਆ 11:30 ਦਿੱਲੀ ਟੱਪ ਕੇ ਆਹ ਹੋਟਲ ਆ ਇਹ ਹਰਿਆਣੇ 'ਚ ਪੈ ਜਾਂਦਾ ਆ ਇਹਦੀ ਰੋਟੀ ਬੜੀ ਵਧੀਆ ਆ ਅਸੀਂ 4 ਸਾਲ ਪਹਿਲਾਂ ਖਾਧੀ ਸੀ ਇੱਥੋਂ ਮੈਂ ਤਾਂ ਗਗਨ ਆਏ ਸੀਗੇ ਆਹ ਸਿੱਧੀ ਵੀ ਜਾਂਦੀ ਸੜਕ ਰਾਜਸਥਾਨ ਵੱਲ ਨੂੰ ਅਤੇ ਇਹਨਾਂ ਲਈ ਰੋਟੀ ਬੜੀ ਬੰਬ ਹੁੰਦੀ ਆ ਤਾਂ ਦਿੱਲੀ 'ਚ ਸਾਨੂੰ ਰੋਟੀ ਵਧੀਆ ਨਹੀਂ ਲੱਗੀ ਤੁਰੇ ਆਏ ਇੱਕ ਬੈਰੀਅਰ ਆਇਆ ਉਹ ਟੱਪੇ ਉਸ ਤੋਂ ਬਾਅਦ ਇਹ ਆਇਆ ਮੈਨੂੰ ਮਾੜਾ ਜਿਹਾ ਯਾਦ ਸੀਗਾ ਅੰਦਾਜ਼ੇ ਜਿਹੇ ਨਾ ਆ ਗਏ ਹੁਣ ਰੋਟੀ ਪਾਣੀ ਖਾ ਕੇ ਹੁਣ ਕਿਤੇ ਦੇਖਦੇ ਹਾਂ ਵਧੀਆ ਕਿਤੇ ਰੂਮ ਮਿਲ ਜਾਵੇ ਅਤੇ ਲੇਟਾਂ ਮਾਰੀਏ ਰਾਤੀ ਰੂਮ ਲੱਭਿਆ ਬਾਹਲਾ ਹੀ ਜ਼ਿਆਦਾ ਔਖਾ ਸਰਚ ਕਰਕੇ ਅੱਗੇ ਜਦੋਂ ਰੂਮ ਲੱਭਦੇ ਸੀ ਜਿੱਥੇ ਜਾਂਦੇ ਸੀਗੇ ਨਾ ਉੱਥੇ ਘਰ ਹੁੰਦਾ ਸੀਗਾ ਉਹਨਾਂ ਨੇ ਵਿੱਚ ਹੀ ਉਹਦੇ ਗੈਸਟ ਹਾਊਸ ਜਿਹੇ ਬਣਾਏ ਹੋਏ ਬੜਾ ਖੱਜਲ ਖਰਾਬ ਹੋਏ 1-1.5 ਘੰਟਾ ਕਿ 2 ਘੰਟੇ 2 ਘੰਟੇ ਲੱਗ ਗਏ ਬੜਾ ਖੱਜਲ ਖਰਾਬ ਹੋਏ ਘੁੰਮ ਘੁੰਮ ਕੇ ਅੱਕ ਕੇ ਏਅਰਪੋਰਟ ਦੇ ਕੋਲ ਹੀ ਲਿਆ ਜਿੱਥੇ ਪਹਿਲਾਂ ਅਸੀਂ ਕਮਰਾ ਲਈਦਾ ਆ ਜਿੱਥੇ ਰੁਕੇ ਸੀਗੇ ਸਬਜ਼ੀ ਇਹ ਤਾਂ ਖਰਾਬ ਹੋ ਗਈ ਹੋਣੀ ਯਾਰ ਫਿਰ ਮੈਂ ਐਡਿਟ ਉਡਿਟ ਕੀਤੀ ਵੀਡੀਓ ਹੁਣ ਅਪਲੋਡ ਕਰਨ ਲੱਗਾ ਹਾਂ ਬਾਹਰ ਨਿਕਲਣ ਲੱਗੇ ਹਾਂ ਸਮਾਨ ਸਮੂਨ ਸਾਂਭ ਲਿਆ ਸਾਰਾ ਅਸੀਂ ਅਤੇ ਹੁਣ ਬਾਹਰ ਜਾ ਕੇ ਗੱਲਾਂ ਬਾਤਾਂ ਕਰਦੇ ਹਾਂ ਪਹਿਲਾਂ ਮੈਂ ਵੀਡੀਓ ਅਪਲੋਡ ਕਰ ਲਵਾਂ ਇੰਨੀ ਪੱਲੀ ਸੜਕ ਆ ਗਈ ਆ ਗੁੱਡ ਮੋਰਨਿੰਗ ਦੋਸਤੋ ਪਾਰਕਿੰਗ 'ਚ ਗੱਡੀ ਲਾਤੀ ਆ ਅਤੇ ਨਾ ਦਿੱਲੀ 'ਚ ਇੱਕ ਇਤਿਹਾਸਿਕ ਪਲੇਸ ਆ ਉੱਥੇ ਆਏ ਹਾਂ ਉਹ ਦੇਖਣ ਲੱਗੇ ਹਾਂ ਉਹ ਤੁਹਾਨੂੰ ਵੀ ਵਿਖਾਵਾਂਗੇ ਉਹ ਨੈਕਸਟ ਵੀਡੀਓ 'ਚ ਸਾਰਾ ਕੁਝ ਦਿਖਾਵਾਂਗੇ ਟਿਕਟਾਂ ਲੈਣ ਲੱਗੇ ਚੱਲੇ ਹਾਂ ਅੰਦਰ ਅੱਜ ਅਸੀਂ ਵਾਪਸ ਚੱਲ ਜਾਣਾ ਆ ਅਤੇ ਹੁਣ ਆਪਾਂ ਮੋਰਨਿੰਗ ਕੱਲ੍ਹ ਨੂੰ ਮਿਲਾਂਗੇ ਬਾਏ ਬਾਏ ਟੇਕ ਕੇਅਰ ਸਾਰੇ ਜਾਣੇ ਧਿਆਨ ਰੱਖਿਆ ਕਰੋ ਆਪਣਾ ਸ਼ੇਅਰ ਸ਼ੁਰ ਕਰਦੇ ਰਿਹਾ ਕਰੋ ਵੀਡੀਓ ਓਕੇ ਫਿਰ ਬਾਏ 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 ਕਰਦੇ ਹੋਈ ਆਲਾ ਕੱਲ੍ਹ ਨੂੰ ਮਿਲਦੇ ਹਾਂ ਇਸ ਲਈ ਹੌਲੀ ਹੌਲੀ ਜਾਣਦੇ ਹਾਂ
ਆ ਮੇਰੀ ਬਾਹ ਨੂੰ ਪਤਾ ਨਹੀਂ ਕੀ ਹੋ ਗਿਆ ਯਾਰ, ਬਾਹ ਦੁਖੀ ਜਾਂਦੀ ਯਾਰ ਓਏ 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 ਉਧਰ ਗੱਡੀ ਸਾਈਡ 'ਤੇ ਰੋਕਦਾ ਯਾਰ, ਪਤਾ ਨਹੀਂ ਕੀ ਹੋ ਗਿਆ।